ਸਾਡਾ ਆਪਣਾ ਵੀਰ ਕਿਰਨ ਸਤਾਰਾ, ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਪਿਆਰੇ ਦੇਸ਼ ਵਾਸੀਓ, ਅੱਜ ਦਾ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਦਿਵਸ ਹੈ। ਮੇਰੇ ਪਿਆਰੇ ਦੋਸਤੋ, ਅੱਜ ਦੇ ਦਿਨ ਅੰਗਰੇਜ਼ ਹਕੂਮਤ ਨੇ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਦੇ ਤਖ਼ਤੇ 'ਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਸੀ। ਔਰ ਅੱਜ ਸਮੁੱਚਾ ਭਾਰਤ ਸਰਦਾਰ ਭਗਤ ਸਿੰਘ ਜੀ ਦਾ ਇਹ ਆਜ਼ਾਦੀ ਦਿਹਾੜਾ ਸ਼ਰਧਾ ਅਤੇ ਨਮਨ ਕਰਦੇ ਹੋਏ ਸਮੁੱਚਾ ਭਾਰਤ ਮਨਾਉਂਦਾ ਹੈ। ਮੇਰੀ ਛੋਟੀ ਜਿਹੀ ਇੱਕ ਬੇਨਤੀ ਆ ਭਾਰਤ ਵਾਸੀਆਂ ਨੂੰ, ਜਿਹੜਾ ਸੁਪਨਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਦੇਖਿਆ ਸੀ ਆਪਣੇ ਭਾਰਤ ਦੇ ਲਈ, ਅੱਜ ਉਹ ਸੁਪਨਾ ਮੈਨੂੰ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਇੱਕ ਆਜ਼ਾਦ ਸੋਚ, ਇੱਕ ਵਿਲੱਖਣ ਪਹਿਚਾਣ ਸਨ। ਉਹਨਾਂ ਨੇ ਨੌਜਵਾਨ ਵਰਗ ਦੇ ਹੱਕਾਂ ਦੀ ਗੱਲ ਕੀਤੀ, ਸਮੁੱਚੇ ਭਾਰਤ ਨੂੰ ਆਜ਼ਾਦ ਕਰਾਉਣ ਦੀ ਗੱਲ ਕੀਤੀ। ਉਹਨਾਂ ਨੇ ਊਚ ਨੀਚ ਜਾਤ ਪਾਤ ਦਾ ਜਿਹੜਾ ਪਾੜਾ ਸੀ ਉਹਨੂੰ ਖਤਮ ਕੀਤਾ। ਉਹਨਾਂ ਦੀ ਇੱਕ ਸੋਚ ਸੀ, ਉਹ ਕ੍ਰਾਂਤੀਕਾਰੀ ਸਨ, ਆਜ਼ਾਦ ਸੋਚ ਦੇ ਮਾਲਕ ਸਨ। ਉਹਨਾਂ ਦੀ ਸ਼ਹਾਦਤ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸੋ ਆਪਾਂ ਭਾਰਤ ਦੇ ਵਿੱਚ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲੀਏ, ਆਪਸੀ ਭੇਦਭਾਵ ਨੂੰ ਮਿਟਾਈਏ, ਜਾਤਾਂ ਪਾਤਾਂ 'ਚ ਪਾਰਟੀਆਂ 'ਚ ਵੰਡ ਕੇ ਨਾ ਰਹਿ ਜਾਈਏ। ਜਿੱਥੇ ਸਾਡੇ ਭਾਰਤ ਦੀ ਗੱਲ ਆਉਂਦੀ ਹੈ, ਜਿੱਥੇ ਸਾਡੇ ਦੇਸ਼ ਦੀ ਗੱਲ ਆਉਂਦੀ ਹੈ, ਉੱਥੇ ਅਸੀਂ ਇੱਕ ਦੂਜੇ ਨਾਲ ਮੋਢਾ ਲਾ ਕੇ ਆਪਣੇ ਭਾਰਤ ਦੇ ਸੱਚੇ ਭਾਰਤੀ ਬਣੀਏ। ਇਹ ਹੀ ਸਾਡੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਹੈ। ਸੋ ਅੰਤ ਵਿੱਚ ਤੁਹਾਡੇ ਆਪਣੇ ਵੀਰ ਕਿਰਨ ਸਤਾਰਾ ਵੱਲੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਅਤੇ ਕੋਟੀ ਕੋਟੀ